ਪਾਸੇ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਰੇਟਾਂ 'ਚ ਵਾਧਾ ਕੀਤਾ ਗਿਆ ਤੇ ਦੂਜੇ ਪਾਸੇ ਬਿਜਲੀ ਦੇ ਵੱਡੀ ਮਾਤਰਾ 'ਚ ਬਣਾਏ ਗਏ ਬਿੱਲਾਂ ਨੇ ਜਿਵੇਂ ਗਰੀਬਾਂ ਦੀ ਦੁੱਖ ਦੀ ਰੱਗ ਤੇ ਹੱਥ ਧਰ ਦਿੱਤਾ ਹੋਵੇ। ਫਰੀਦਕੋਟ ਦੇ ਪੰਜ ਗ੍ਰਾਈ ਪਿੰਡ 'ਚ ਬਿਜਲੀ ਦੇ ਬਿੱਲ ਇੰਨੀ ਵੱਧ ਰਕਮ 'ਚ ਆ ਗਏ ਕਿ ਲੋਕਾਂ ਨੂੰ ਸਰਕਾਰ ਦਾ ਸਿਆਪਾ ਕਰਨਾ ਪਿਆ। ਲੋਕਾਂ ਵੱਲੋਂ ਸਰਕਾਰ ਤੇ ਬਿਜਲੀ ਵਿਭਾਗ ਖਿਲਾਫ਼ ਇਹ ਪ੍ਰਦਰਸ਼ਨ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਅਮਰਜੀਤ ਕੌਰ ਪੰਜ ਗ੍ਰਾਹੀ ਦੀ ਅਗਵਾਈ 'ਚ ਕੀਤਾ ਗਿਆ, ਜਿੱਥੇ ਗਰੀਬ ਲੋਕਾਂ ਵੱਲੋਂ ਸਰਕਾਰ ਖਿਲਾਫ਼ ਰੋਸ ਜਤਾਇਆ ਗਿਆ। ਉੱਥੇ ਹੀ ਬੀਬੀ ਵੱਲੋਂ ਪੰਜਾਬ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ ਗਈਆਂ ਨੇ। ਰੋਸ ਜਤਾਰੇ ਲੋਕਾਂ ਦਾ ਕਹਿਣਾ ਕਿ ਵੋਟਾਂ ਲੈਣ ਮੌਕੇ ਇਹ ਸਰਕਾਰ ਸਾਡੀਆਂ ਮਿੰਨਤਾਂ ਕਰਦੀਆਂ ਨੇ, ਪਰ ਜਦੋਂ ਉਹਨਾਂ ਨੂੰ ਜ਼ਰੂਰਤ ਹੋਵੇ ਤਾਂ ਇਹ ਬਾਂਹ ਤੱਕ ਫੜਨ ਨੂੰ ਤਿਆਰ ਨਹੀਂ ਹੁੰਦੀ। ਨਾਲ ਹੀ ਕਿਹਾ ਕਿ ਉਹਨਾਂ ਦੇ ਇਲਾਕੇ 'ਚ MLA ਮੁਹੰਮਦ ਸਦੀਕ ਨੇ ਜੋ ਜਿੱਤ ਹਾਸਲ ਕਰਨ ਤੋਂ ਬਾਅਦ ਉਹਨਾਂ ਤੱਕ ਵੀ ਨਹੀਂ ਪਹੁੰਚ ਕੀਤੀ ਗਈ। ਮੁੰਡਾ ਮਰ ਗਿਆ ਜੀ, ਕੋਈ ਕਮਾਉਣ ਵਾਲਾ ਹੈ ਨਹੀਂ, ਇੱਕ ਬੱਚਾ, ਉਹਦੇ ਦੋ ਗੁੱਡੀਆਂ, ਉਹਦੀ ਮੁੰਡੇ ਦੀ ਧੂਈ ਦੁਖਦੀ ਆ, ਬੁਰਾ ਹਾਲ ਆ, ਉਹਦਾ 20,000 ਰੁਪਇਆ ਆ ਗਿਆ ਬੱਚੇ ਨੂੰ। ਹੈਂ, ਮੈਂ ਕਿੱਥੋਂ ਗਰੀਬਣੀ ਨਾ, ਮੈਨੂੰ 2,000 ਰੁਪਇਆ ਪਾ ਦੇਣਾ, ਮੈਂ ਇੱਥੋਂ ਨਹੀਂ ਦੇਣਾ। ਮੈਨੂੰ ਆਟਾ ਦਾਣਾ ਵੀ ਹੈ ਨਹੀਂ ਮੇਰੇ ਕੋਲ, ਕੁਛ ਵੀ ਹੈ ਨਹੀਂ ਬਾਈ। ਮੈਂ ਕਲਪਨਾ ਕਰਦੀ, ਅੱਖਾਂ ਤਾਂ ਵੀ ਇੰਨੀ ਹੋਈ ਪਈ ਆ। ਸਰਕਾਰ ਨੇ ਕੁਛ ਨਹੀਂ ਕੀਤਾ, ਹੁਣ ਬਿੱਲ ਬਾਲਾ ਆ ਗਿਆ ਜੀ, ਕੀ ਕਰ ਗਏ ਅਸੀਂ ਬੱਚੇ ਨਿਆਣੇ ਆ ਜੀ, ਬਿੱਲ ਅਸੀਂ ਤਾਰ ਨਹੀਂ ਸਕਦੇ। ਘਰੇ ਸਾਡੇ 2 ਪੱਖੇ ਆ ਤੇ ਉਹ ਚੱਲਦੇ ਆ, ਉਹਦੇ ਚ ਬਿੱਲ ਪਾਈ ਜਾਂਦੇ, ਕਹਿੰਦੇ ਤੁਹਾਡੀ ਬਿਜਲੀ ਬਾਹਲੀ ਮੱਚਦੀ ਆ। ਹੋਰ ਸਾਨੂੰ ਦੱਸੋ ਕਿੰਨਾ ਬਿੱਲ ਆਇਆ? ਸਾਨੂੰ 81,000 ਆਇਆ ਜੀ। 81,000 ਜੀ? ਹਾਂਜੀ। ਕੀ ਮੰਗ ਕਰਦੇ ਆ? ਸਾਡਾ ਬਿੱਲ ਮਾਫ ਹੋਣਾ ਚਾਹੀਦਾ ਜੀ, ਅਸੀਂ ਕਿੱਥੋਂ ਤਾਰ ਗਏ? ਜਵਾਕ ਨਿਆਣਾ ਆ ਜੀ ਸਾਡੇ, ਤੇ ਜਵਾਕ ਤਾਂ ਜੇ ਰੋਟੀ ਟੁੱਕ ਮੰਗ ਕੇ ਖਾਂਦੇ ਆ ਤੇ ਸਾਡੇ ਬਿੱਲ ਕਿੱਥੋਂ ਤਾਰ ਦੇਣਗੇ? 48,000 ਬਿੱਲ ਆਇਆ। ਕੀ ਮੰਗ ਕਰਦੇ ਸਰਕਾਰ ਨਾ? ਕਦੇ ਸਾਡਾ ਬਿੱਲ ਮਾਫ ਕੀਤਾ ਜਾਵੇ ਜੀ। ਸਾਡੇ ਕੋਲ ਕੁਛ ਨੀ, ਗਰੀਬ ਬੰਦੇ ਆ ਜੀ, 40,000 ਬੰਦੇ ਆ ਜੀ। ਹਾਂਜੀ, ਕੁੜੀ ਮੇਰੀ ਮਰੀਜ਼ ਆ ਜੀ, ਕੈਂਸਰ ਦੀ ਮਰੀਜ਼ ਆ ਜੀ, ਉਹ ਕੁਛ ਨੀ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਮੇਰਾ ਪੰਜ ਗ੍ਰਾਈ ਸਿੰਦੇ ਪੰਡ ਦਾ ਮੁੰਡਾ ਸਰਜੀਤ ਸਿੰਘ, ਮੈਨੂੰ ਜੀ ਬਿੱਲ 4 ਮਹੀਨਿਆਂ ਦੇ ਵਿੱਚ 21,200 ਰੁਪਇਆ ਦਿੱਤਾ ਗਿਆ। ਗਰੀਬ ਆਦਮੀ ਹੈ, ਮੈਂ ਇਕੱਲਾ ਕਮਾਊ ਹਾਂ, 300 ਰੁਪਇਆ ਮੇਰੀ ਦਿਹਾੜੀ ਆ। ਇਹ ਸਰਕਾਰ ਜਮ੍ਹਾਂ ਸੁੱਤੀ ਪਈ ਆ, ਅੰਨੀ ਹੋਈ ਪਈ ਆ। ਕਿੱਥੋਂ 700 ਵੋਟਾਂ ਲੈ ਕੇ MLA ਸਤੀਸ਼ ਸਿੰਘ, ਇੱਕ ਵਾਰ ਵੀ ਸਾਡੇ ਗਰੀਬਾਂ ਨੇ ਇਹਨਾਂ ਨੇ ਘਰਾਂ 'ਚ ਗੇੜਾ ਨਹੀਂ ਮਾਰਿਆ। ਵੀ ਗਰੀਬ ਕੀ ਜ਼ਿੰਦਗੀ ਜੂ ਰਿਹਾ ਆ, ਕਿਹੜਾ ਸਾਡਾ ਇੱਥੇ ਗਰੀਬ ਮੰਜੇ 'ਤੇ ਪਿਆ, ਮੰਜੇ 'ਤੇ ਹੀ ਪਿਆ। ਜੇ ਚੁੱਕੀ ਜਾਂਦਾ ਚੁੱਕੀ ਜਾਂਦਾ, ਕੋਈ ਇਹਨਾਂ ਨੂੰ ਸਰਕਾਰ ਨੂੰ ਹੈ ਨਹੀਂ, ਜਾਂ ਗਰੀਬ ਸਾਡਾ ਮਰੀ ਜਾਂਦਾ, ਜਾਂ ਉਹਨੂੰ ਹੀ ਬਚਾਈਏ, ਅਸੀਂ ਵੋਟਾਂ ਲੈਂਦੇ ਹਾਂ। ਇਹ ਛਿੱਤਰ ਖੂਹ ਖਾਣ ਵਾਲੀ ਆਪ ਹੀ ਗੱਲ ਕਰਦੇ ਆ, ਫਿਰ ਉਹ ਵੋਟਾਂ ਦੇ ਘਰੋਂ ਘਰੀ ਵੜਦੇ ਇਹ। ਹੁਣ ਆ ਵੇਖੋ ਬਿੱਲ 81,000, 30,000, 31,000 ਕਿੰਨਾ ਪਿਆ, ਹੁਣ ਇਹ ਕਿੱਥੇ ਪਏ ਆ? ਹੁਣ ਇਹ ਸੁੱਤੇ ਪਏ ਵੋਟਾਂ ਲੈ ਕੇ MLA ਬਣ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਨਾਲ ਹੀ ਇਸ ਮੌਕੇ ਲੋਕਾਂ ਦੀ ਅਗਵਾਈ ਕਰ ਰਹੀ ਅਕਾਲੀ ਦਲ ਦੀ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਅਮਰਜੀਤ ਕੌਰ ਪੰਜ ਗ੍ਰਾਈ ਨੇ ਕੈਪਟਨ ਸਰਕਾਰ ਨੂੰ ਬਿਜਲੀ ਦੇ ਰੇਟਾਂ ਕਾਰਨ ਖਰੀਆਂ ਖਰੀਆਂ ਸੁਣਾਈਆਂ ਨੇ। ਅੱਜ ਦਾ ਧਰਨਾ ਜਿਹੜਾ ਸਾਡਾ ਬਹੁਤ ਸਾਰਾ ਇਕੱਠ ਹੈ, ਤੇ ਜਿਹੜਾ ਸਾਡਾ ਇਹ ਇਕੱਠ ਹੈ ਅੱਜ ਦਾ, ਜਿਹੜਾ ਇਹ ਲੋਕ ਸਾਡੇ ਜਿਹੜੇ ਬਿਜਲੀ ਦੇ ਬਿੱਲ ਤੋਂ ਬਹੁਤ ਪਰੇਸ਼ਾਨ ਨੇ। ਜਿਹੜੇ ਬਿਜਲੀ ਦੇ ਬਿੱਲ ਆ, ਜਿਹੜਾ ਇੱਕ ਆਮ ਗਰੀਬ ਮਜ਼ਦੂਰ ਆ ਜਿਹੜਾ 300 ਰੁਪਇਆ ਦਿਹਾੜੀ ਲੈ ਕੇ ਆਉਂਦਾ, ਉਹਨਾਂ ਨੂੰ 1,00,000 ਰੁਪਇਆ ਬਿੱਲ ਦਾ ਆਇਆ ਪਿਆ। ਸਾਨੂੰ ਸਮਝ ਨਹੀਂ ਆ ਰਹੀ ਕਿ ਬਿੱਲ ਪਿਛਲੇ ਮਹੀਨੇ ਜਿਹਨੂੰ 3,000 ਆਇਆ ਤੇ ਦੂਜੇ ਮਹੀਨੇ ਉਹਨੂੰ 28,000 ਰੁਪਇਆ ਆਇਆ। ਸਾਨੂੰ ਸਮਝ ਨਹੀਂ ਆਉਂਦੀ ਵੀ ਇਹ ਜਿਹੜੇ ਮਤਲਬ ਕਿ ਬਿਜਲੀ ਵਾਲੇ ਆ ਜਾਂ ਬਿਜਲੀ ਕਰਮਚਾਰੀ ਆ, ਕਿਸ ਤਰ੍ਹਾਂ ਬਿੱਲ ਪਾ ਰਹੇ ਆ, ਕਿਸ ਤਰ੍ਹਾਂ ਬਿੱਲ ਦੇ ਰਹੇ ਆ, ਜਦੋਂ ਕਿ ਦੂਜੇ ਸੂਬਿਆਂ ਦੇ ਵਿੱਚ ਜਿਹੜੀ ਬਿਜਲੀ ਤੁਹਾਨੂੰ ਸਾਰਿਆਂ ਨੂੰ ਸਾਨੂੰ ਪਤਾ ਹੈ ਕਿ ਬਿਜਲੀ ਸਸਤੀ ਆ, ਤੇ ਫਿਰ ਪੰਜਾਬ ਵਿੱਚ ਕੀ ਸਾਨੂੰ ਇਹ ਚਾਂਦੀ ਦਾ ਬਰਕ ਲਾ ਕੇ ਦਿੰਦੇ ਆ ਬਿਜਲੀ? ਜਿਹੜਾ ਸਾਡਾ ਗਰੀਬਾਂ ਦਾ ਮਤਲਬ ਕਿ ਕਚੂਮਬਰ ਕੱਢਿਆ ਹੋਇਆ, ਅਸੀਂ ਅੱਜ
ਸਰਕਾਰ ਨੂੰ ਥੋੜੀ ਜਿਹੀ ਚੇਤਾਵਨੀ ਦੇਣ ਵਾਸਤੇ ਅਸੀਂ ਜਿਹੜੇ ਗਰੀਬ ਤਬਕਾ ਇਕੱਠੇ ਹੋਏ ਸੀਗੇ ਵੀ ਇਹਨਾਂ ਨੂੰ ਪਤਾ ਲੱਗਿਆ ਵੀ ਬਿੱਲ ਇੰਨੇ ਨੇ, ਕਿਸੇ ਨੂੰ 1,00,000, ਕਿਸੇ ਨੂੰ 50,000 ਆ, ਤੇ ਜੇ ਇੰਨੇ ਇੰਨੇ ਬਿੱਲ ਦੇਣੇ ਆ ਤੇ ਕੈਪਟਨ ਇਹਨਾਂ ਨੂੰ ਇੰਡਸਟਰੀਆਂ ਖੋਲ੍ਹ ਕੇ ਦੇਵੇ ਪਿੰਡਾਂ ਦੇ ਵਿੱਚ, ਹਰ ਬੱਚੇ ਨੂੰ ਹਰ ਬੰਦੇ ਨੂੰ ਰੁਜ਼ਗਾਰ ਮਿਲੇ, ਤਾਂ ਇਹਨਾਂ ਨੂੰ ਅਸੀਂ ਬਿੱਲ ਵੀ ਦੇ ਦਈਏ। ਕਰਨੀ ਤਾਂ ਦਿਹਾੜੀ ਆ, ਜੱਟ ਦੀ ਦਿਹਾੜੀ ਜਾਂਦੇ ਆ ਮਜ਼ਦੂਰ, 300 ਰੁਪਇਆ ਕਿ 250 ਰੁਪਇਆ ਦਿਹਾੜੀ ਦਿੰਦਾ, ਤੇ ਉਹ ਵੀ ਕੰਮ ਹੈ ਨਹੀਂ ਗੇ ਹੁਣ ਪਿੰਡਾਂ ਦੇ ਵਿੱਚ। ਤੇ ਇਹਨਾਂ ਨੇ ਬਿੱਲ ਜਿਹੜੇ ਆ, ਜਾਣੀ ਆਮ ਜਿਹੜੇ ਗਰੀਬ ਲੋਕ ਆ, ਮੈਨੂੰ ਤਾਂ ਇਹੀ ਲੱਗਦਾ ਵੀ ਗਰੀਬ ਲੋਕਾਂ ਨੂੰ ਜ਼ਿਆਦਾ ਬਿੱਲ ਦਿੱਤੇ ਹੋਏ ਆ। ਤਾਂ ਸਾਡੀ ਬੇਨਤੀ ਆ ਵੀ ਕੈਪਟਨ ਆਪਦੀ ਨੀਂਦ 'ਚੋਂ ਜਾਗੇ ਅਤੇ ਗਰੀਬਾਂ ਵੱਲ ਦੇਖੇ। ਇਹ ਨਹੀਂ ਵੀ ਵੋਟਾਂ ਲੈ ਕੇ ਅਤੇ ਅੱਜ ਜਿਹੜਾ ਪੰਜਾਬ ਦੇ ਵਿੱਚ ਜੋ ਹਫੜਾ ਦਫੜੀ ਮਚਾ ਰੱਖੀ ਆ, ਗਰੀਬਾਂ ਦਾ ਨਾਸ਼ ਕੀਤਾ ਪਿਆ, ਗਰੀਬ ਲੋਕ ਕੋਈ ਜ਼ਹਿਰ ਖਾਣ ਨੂੰ ਤਿਆਰ ਆ, ਕੋਈ ਸਪਰੇਅ ਪੀਣ ਨੂੰ ਤਿਆਰ ਆ, ਕਿਉਂਕਿ ਜਦੋਂ ਇੰਨੀ ਗਰਮੀ ਦੇ ਬਾਵਜੂਦ ਜਦੋਂ ਬਿੱਲ ਨਹੀਂ ਦਿੱਤੇ ਜਾਂਦੇ ਤਾਂ ਜਿਹੜੇ ਗਰੀਬ ਆ ਉਹ ਮਤਲਬ ਕਿ ਇਹ ਮੀਟਰ ਜਿਹੜੇ ਕਰਮਚਾਰੀ ਆ ਇਹ ਮੀਟਰ ਪੱਟ ਜਾਂਦੇ ਆ, ਤੇ ਗਰੀਬ ਮਰੂਗਾ ਹੀ, ਹੋਰ ਕੀ ਕਰੂਗਾ। ਅਸੀਂ ਜਿਹੜਾ ਸਾਡਾ ਅੱਜ ਦਾ ਜਿਹੜਾ ਸਾਡਾ ਧਰਨਾ, ਅੱਜ ਅਸੀਂ ਥੋੜਾ ਜਿਹਾ ਮਤਲਬ ਕਿ ਇਹਨਾਂ ਨੂੰ ਇੱਕ ਚੇਤਾਵਨੀ ਦੇਣ ਵਾਸਤੇ ਕੀਤਾ, ਅਗਰ ਗਰੀਬਾਂ ਦੇ ਬਿੱਲ ਮਾਫ ਨਾ ਕੀਤੇ ਗਏ ਤਾਂ ਅਸੀਂ ਵੱਡੇ ਪੱਧਰ ਤੇ ਸੜਕਾਂ ਰੋਕਾਂਗੇ, ਅਸੀਂ ਮਤਲਬ ਕਿ ਬਿਜਲੀ ਘਰ ਰੋਕਾਂਗੇ, ਬਿਜਲੀ ਘਰਾਂ 'ਚ ਬੈਠਾਂਗੇ, ਅਸੀਂ ਭੁੱਖ ਹੜਤਾਲਾਂ ਰੱਖਾਂਗੇ, ਅਸੀਂ ਸਾਰੀਆਂ ਆਲ ਮਤਲਬ ਕਿ ਜਿਹੜੇ ਸਾਡੇ ਹਲਕੇ ਦੇ ਪਿੰਡ ਨੇ, ਅਸੀਂ ਇਕੱਲੀਆਂ ਬੀਬੀਆਂ ਲਾਮਬੰਦ ਹੋਵਾਂਗੇ, ਅਸੀਂ ਪਿੰਡਾਂ ਦੇ ਵਿੱਚੋਂ ਆਪਦੇ ਹਲਕੇ ਜੈਤੋਂ ਹਲਕੇ ਦੇ ਵਿੱਚੋਂ ਬੀਬੀਆਂ ਨੂੰ ਇਕੱਠੀਆਂ ਕਰਕੇ ਅਸੀਂ ਮਤਲਬ ਕਿ ਸੜਕਾਂ ਰੋਕਾਂਗੇ ਅਤੇ ਅਸੀਂ ਬੀਬੀਆਂ ਇਕੱਠੀਆਂ ਇਕੱਲੀਆਂ ਆਪਦਾ ਪ੍ਰੋਟੈਸਟ ਕਰਾਂਗੀਆਂ। ਤਾਂ ਸਾਡੀ ਮਤਲਬ ਕਿ ਮੈਂ ਇਹ ਕੈਪਟਨ ਸਰਕਾਰ ਨੂੰ ਕਹਿਣਾ ਚਾਹੁੰਦੀ ਹਾਂ ਵੀ ਇਹ ਜਿਹੜੀ ਨਿਕੰਮੀ ਸਰਕਾਰ ਆ ਇਹ ਗਰੀਬਾਂ ਦਾ ਜਿਹੜਾ ਗਰੀਬਾਂ ਦਾ ਲਹੂ ਨਾ ਪੀਵੇ, ਗਰੀਬਾਂ ਦਾ ਸ਼ੋਸ਼ਣ ਨਾ ਕਰੇ, ਕਿਉਂਕਿ ਗਰੀਬ ਤਾਂ ਪਹਿਲਾਂ ਹੀ ਆਰਥਿਕ ਤੰਗੀ ਦੇ ਮਾਰੇ ਹੋਏ ਆ, ਕਿਉਂਕਿ ਗਰੀਬ ਤਾਂ 300 ਰੁਪਈਏ ਨਾਲ ਦਿਹਾੜੀ ਨਾਲ ਚੁੱਲ੍ਹਾ ਮਸਾਂ ਤੱਪਦਾ ਅਤੇ ਬਿੱਲ ਕਿੱਥੋਂ ਦਿੱਤੇ ਜਾਣੇ ਆ। ਮੈਂ ਫਿਰ ਕੈਪਟਨ ਨੂੰ ਮਤਲਬ ਕਿ ਅਪੀਲ ਕਰਦੀ ਹਾਂ ਕਿ ਜਿਹੜੇ ਸਾਡੇ ਬਿੱਲ ਆ ਗਰੀਬਾਂ ਦੇ ਆਲ ਪੰਜਾਬ ਦੇ ਵਿੱਚ, ਇਹਨਾਂ 'ਤੇ ਜਲਦੀ ਗੌਰ ਕਰਕੇ ਇਹਨਾਂ ਦਾ ਕੁਛ ਕੀਤਾ ਜਾਵੇ। ਅਗਰ ਇਹ ਜਿਹੜੇ ਸਾਡੇ ਮਤਲਬ ਕਿ ਜਿਹੜਾ ਬਿੱਲ ਗਰੀਬ ਨਹੀਂ ਭਰੂਗਾ, ਜੇ ਕਰਮਚਾਰੀ ਮੀਟਰ ਵਗੈਰਾ ਪੱਟਣ ਆਉਣਗੇ ਤਾਂ ਅਸੀਂ ਉਹਨਾਂ ਕਰਮਚਾਰੀਆਂ ਨੂੰ ਵੀ ਪਿੰਡਾਂ ਦੇ ਵਿੱਚ ਘੇਰਾਂਗੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।